ਰਸਮਲਾ ਮਿਟ ਜਾਏ ਪਰੇ ਰਹਿ ਸਾਜਨਾ ਸੰਤ ਆਓ ਮੇਰਾ ਸਾਜਨਾ ਸੰਤ ਆਓ ਮੇਰਾ ਸੰਤ ਚਰਨ ਤਰੋ ਮਾਤਾ ਚਾਂਦਨਾ ਗਏ ਹੋਏ ਅੰਧੇਰੇ ਸੰਤ ਚਰਨ ਤਰੋ ਮਾਤਾ ਚਾਂਦਨਾ ਗਏ ਹੋਏ ਅੰਧੇਰੇ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇਰ ਆਨੰਦਾ ਗੁਣ ਗਾਏ ਮੰਗਲ ਕਸਮਲਾ ਸੰਤ ਚਰਨ ਤਰੋ ਮਾਤਾ ਚਾਂਦਨਾ ਗਏ ਹੋਏ ਅੰਧੇਰੇ ਸੰਤ ਚਰਨ ਤਰੋ ਮਾਤਾ ਚਾਂਦਨਾ ਆਪ ਕਰੋ
Yeah.
ਇਤਿਹਾਸਿਕ ਮਹੱਤਤਾ ਰੱਖਣ ਵਾਲਾ ਦਿਵਸ ਹੈ ਕਿਉਂਕਿ ਅੱਜ ਦੇ ਦਿਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਬਾਬਾ ਬੁੱਢਾ ਜੀ ਦੇ ਪਾਸੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਸਾਹਸ ਤੇ ਨਜ਼ਰ ਮਾਰਦੇ ਹਾਂ ਕਿਉਂਕਿ ਕਈ ਵਾਰ ਅਸੀਂ ਬਹੁਤ ਗੱਲਾਂ ਤੋਂ ਅਣਜਾਣ ਹਾਂ ਜਿਨ੍ਹਾਂ ਨੂੰ ਅਸੀਂ ਕਦੇ ਗੌਰ ਦੇ ਨਾਲ ਨਾ ਸੁਣਿਆ ਹੈ ਨਾ ਪੜ੍ਹਿਆ ਹੈ ਧਿਆਨ ਨਹੀਂ ਦਿੱਤਾ ਸੋ ਸਾਧ ਸੰਗਤ ਜੀ ਆਪ ਜੀ ਦੇ ਨਾਲ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਹਿਲੇ ਪ੍ਰਕਾਸ਼ ਦੇ ਸੰਬੰਧ ਵਿੱਚ ਕੁਝ ਸਮਾਂ ਵਿਚਾਰ ਕਰਨੀ ਹੈ ਸੋ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦਾ ਅੱਜ ਦੇ ਦਿਹਾੜੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਭਾਦੋਂ ਸੁਦੀ ਇੱਕ ਸੰਮਤ ਬਿਕਰਮੀ 1661 ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਈ ਤੁਰਕੀ ਬਾਣੀ ਹੈ ਉੱਥੇ ਕੁਝ ਭਗਤਾਂ ਦੀ ਕੁਝ ਭੱਟਾਂ ਦੀ ਕੁਝ ਗੁਰੂ ਕੇ ਸਿੱਖਾਂ ਦੀ ਬਾਣੀ ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੇ ਵਿੱਚ ਦਰਜ ਹੈ ਸੋ ਸਾਧ ਸੰਗਤ ਜੀ ਕਿਸੇ ਵੀ ਕਾਰਜ ਨੂੰ ਕਰਨ ਵਾਸਤੇ ਉਸਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਛਪਿਆ ਹੁੰਦਾ ਹੈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਉਂ ਹੋਈ ਕਿਉਂ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਨੂੰ ਇੱਕ ਗ੍ਰੰਥ ਦੇ ਰੂਪ ਦੇ ਵਿੱਚ ਇੱਕ ਪੋਥੀ ਦੇ ਰੂਪ ਦੇ ਵਿੱਚ ਸਾਰੀ ਬਾਣੀ ਇਕੱਤਰ ਕਰਕੇ ਰੱਖਣਾ ਪਈ ਇਸ ਦੇ ਪਿੱਛੇ ਕਾਰਨ ਸਨ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅੰਗਦ ਦੇਵ ਜੀ ਦਾ ਪਵਿੱਤਰ ਬਚਨ ਹੈ ਕਹਿੰਦੇ ਧਾਰ ਕਹਿੰਦੇ ਜਿਹੜਾ ਕਾਰਨ ਹੈ ਉਹ ਕਰਤੇ ਦੇ ਵੱਸ ਹੈ ਪਰਮਾਤਮਾ ਦੇ ਵੱਸ ਵਿੱਚ ਹੈ ਜਿਸਨੇ ਆਪਣੀ ਸ਼ਕਤੀ ਨੂੰ ਇਸ ਕਾਰਨ ਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਹੈ ਸੋ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦੇ ਪਵਿੱਤਰ ਬਚਨ ਜਦੋਂ ਆਪਾਂ ਗੁਰ ਇਤਿਹਾਸ ਦੇ ਅੰਦਰੋਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਸ ਪ੍ਰਕਾਰ ਹੋਣਾ ਕੀਤੀ ਪਾਵਨ ਬਚਨ ਨੇ ਇਤਿਹਾਸ ਦੇ ਬਹੁਤ ਬਣਾਈ ਭੋਗ ਗੁਰੂ ਨਾਨਕ ਜੀ ਦਾ ਹੀ ਪਾਈ ਦੋ ਮਲਕੇ ਸ਼ਬਦ ਮੀਣਿਆਂ ਦਾ ਗਾਵਣ ਦੋਇਆ ਦਰਬਾਰ ਵੱਡਾ ਗੁਰਿਆਈ ਦਾ ਲੱਗੇ ਲਾਵਣ ਮੀਣਿਆਂ ਦੀ ਪੁਸਤਕ ਇੱਕ ਗ੍ਰੰਥ ਬਣਾਇਆ ਚੌ ਪਾਤਸ਼ਾਹੀਆਂ ਦਾ ਸ਼ਬਦ ਬਾਣੀ ਲਿਖ ਵਿੱਚ ਪਾਇਆ ਇੱਥੇ ਸ਼ਬਦ ਕੀਰਤਨ ਕਰਨ ਸਿੱਖ ਡੂੰਗਰ ਬਾਤੀ ਅਤੇ ਖੱਡੇ ਹੋਏ ਉਹਨਾਂ ਨੇ ਲਏ ਰੱਖ ਇੱਥੇ ਕਿਸੇ ਸਿੱਖ ਸ਼ਬਦ ਕੀਰਤਨ ਵਿੱਚ ਮਿਹਰਬਾਨ ਦੀ ਸ਼ਬਦ ਪੜ੍ਹਿਆ ਸੋ ਸ਼੍ਰਵਣੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪੜ੍ਹਿਆ ਇਹ ਤਾਂ ਜਿਸ ਕੀ ਵਸਤ ਤਿਸੈ ਬਣਿਆ ਮੈਂ ਜਿਸ ਨੂੰ ਧੁਰੋਂ ਉਸ ਵਾਹਿਗੁਰੂ ਪਰਮਾਤਮਾ ਨੇ ਇਹ ਦਾਤ ਦੇਣੀ ਹੈ ਉਸੇ ਨੂੰ ਪ੍ਰਾਪਤ ਹੋਣੀ ਹੈ ਇੱਥੇ ਨਾ ਤਾਂ ਇਹ ਗੱਲ ਹੈ ਕਿ ਗੁਰੂ ਕੀ ਅੰਸ਼ ਵੰਸ਼ ਹੈ ਅਤੇ ਨਾ ਹੀ ਇਹ ਗੱਲ ਹੈ ਕਿ ਗੁਰੂ ਕੀ ਅੰਸ਼ ਵੰਸ਼ ਇਹ ਭਾਸ਼ਾ ਉਹ ਪੜ੍ਹਦਾ ਸੀ ਲਿਖਦਾ ਸੀ ਤਿੰਨ ਧੀ ਬਾਣੀ ਬਹੁਤ ਬਣਾਈ ਕਹਿੰਦੇ ਉਸਨੇ ਬੜੀ ਰਚਨਾ ਕੀਤੀ ਬੜੀ ਚਾਰ ਪਾਤਸ਼ਾਹੀਆਂ ਦੁਆਰਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਰਾਮਦਾਸ ਮਾਤੇ ਇਸ ਦੀ ਆਪਦੀ ਰਚਨਾ ਦੇ ਵੀ ਜਿਹੜੇ ਸ਼ਬਦ ਹੈ ਉਹ ਕੀਰਤਨ ਦੇ ਰੂਪ ਵਿੱਚ ਗਾਏ ਜਾਂਦੇ ਹਨ ਇੱਥੇ ਸ਼ਬਦ ਕੀਰਤਨ ਕਰਨ ਸਿੱਖ
ਕਹਿੰਦੇ ਡੂਮ ਅਤੇ ਇਹਨਾਂ ਦੇ ਸਿੱਖ ਕੀਰਤਨ ਕਰਦੇ ਸਨ ਬਾਣੀ ਦਾ। ਡੂਮ ਰਬਾਬੀ ਅਤੇ ਕੱਢੇ ਹੋਏ ਉਹਨਾਂ ਨੇ ਲਏ ਰੱਖ ਆਪਣੇ ਦਰਬਾਰ ਦੇ ਵਿੱਚ ਰੱਖਿਆ ਹੋਇਆ ਸੀ ਅਤੇ ਉਹ ਉਹਨਾਂ ਦੀ ਬਾਣੀ ਦਾ ਔਰ ਚਾਰ ਪਾਤਸ਼ਾਹੀਆਂ ਦੀ ਰਸਨਾ ਦੁਆਰਾ ਤੁਰਕੀ ਬਾਣੀ ਦਾ ਵੀ ਕੀਰਤਨ ਕਰਦੇ ਸਨ। ਅਤੇ ਇੱਕ ਦਿਨ ਉਹਨਾਂ ਦੀ ਰਚਨਾ ਦੀ ਬਾਣੀ ਦਾ ਕੀਰਤਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਸਨਮੁੱਖ ਪਵਿੱਤਰ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਰਾਗੀਆਂ ਨੇ ਕਰਨਾ ਕੀਤਾ। ਮਿਹਰਬਾਨ ਦੀ ਰਚਨਾ ਦੇ ਜੋ ਸ਼ਬਦ ਸੀ ਉਸ ਸ਼ਬਦ ਨੂੰ ਕੀਰਤਨ ਦੇ ਰੂਪ ਦੇ ਵਿੱਚ ਗਾਇਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਸੁਸ਼ੋਭਿਤ ਹੋ ਰਹੇ ਸਨ। ਕਹਿੰਦੇ ਇੱਥੇ ਕਿਸੇ ਸਿੱਖ ਸ਼ਬਦ ਕੀਰਤਨ ਵਿੱਚ ਮਿਹਰਬਾਨ ਦਾ ਸ਼ਬਦ ਪੜ੍ਹਿਆ ਸੋ ਸ਼੍ਰਵਣੀ ਗੁਰੂ ਅਰਜਨ ਦੇਵ ਕਿਉਂਕਿ ਅੱਜ ਤਾਂ ਅਸੀਂ ਇੱਥੇ ਸਰੀਰ ਰੂਪ ਵਿੱਚ ਮੌਜੂਦ ਹਾਂ, ਗੁਰੂ ਕੇ ਸਿੱਖਾਂ ਨੂੰ ਦੱਸ ਦੇਵਾਂਗੇ ਕਿ ਇਹ ਕੱਚੀ ਬਾਣੀ ਹੈ ਅਤੇ ਇਹ ਗੁਰੂ ਕੀ ਰਸਨਾ ਦੁਆਰਾ ਉਚਾਰਨ ਹੋਈ ਤੁਰਕੀ ਬਾਣੀ ਹੈ, ਪਰ ਕੱਲ੍ਹ ਨੂੰ ਜਦੋਂ ਸਾਡਾ ਸਰੀਰ ਨਾ ਹੋਵੇਗਾ ਤਾਂ ਗੁਰੂ ਕੇ ਸਿੱਖਾਂ ਨੂੰ ਪਤਾ ਨਹੀਂ ਚੱਲਣਾ ਕਿਹੜੀ ਬਾਣੀ ਕੱਚੀ ਹੈ ਅਤੇ ਕਿਹੜੀ ਬਾਣੀ ਗੁਰੂ ਕੀ ਰਸਨਾ ਪੱਕੀ ਹੈ। ਕਹਿੰਦੇ ਇਸ ਤਰ੍ਹਾਂ ਫਿਰ ਸਾਨੂੰ ਲਾਈ, ਕਹਿੰਦੇ ਜਦੋਂ ਆਸਾ ਕੀ ਵਾਰ ਦਾ ਭੋਗ ਪਿਆ, ਮਨ ਲਾ ਕੇ ਗੁਰੂ ਕੇ ਸਿੱਖਾਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ, ਉਸ ਤੋਂ ਉਪਰੰਤ ਸ੍ਰੀ ਅਰਜਨ ਕੁਲ ਗਿਰਾ ਲਾਈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਬਚਨ ਕਹੇ, ਕਿਹੜੇ ਬਚਨ ਕਹੇ? ਕਹਿੰਦੇ ਬੁੱਢਾ ਸਾਹਿਬ ਕੁਲ ਗ੍ਰੰਥ, ਹੇ ਬਾਬਾ ਬੁੱਢਾ ਸਾਹਿਬ ਜੀ ਇਸ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਜੀ ਪ੍ਰਕਾਸ਼ਮਾਨ ਕਰੋ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਕੀਤਾ, ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਅੱਗੇ ਕੀ ਬਚਨ ਕਹਿਆ? ਕਹਿੰਦੇ ਲਿਹੋ ਆਵਾਜ਼ ਸੁਣੇ ਸਭ ਪੰਥ, ਕਹਿੰਦੇ ਆਵਾਜ਼ਾਂ ਲਵੋ ਭਾਵ ਹੁਕਮਨਾਮਾ ਲਵੋ। ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਜਦੋਂ ਸੁਣੀ ਹੈ, ਸੁਣ ਕਰ ਬਚਨ ਰੁਚਿਰ ਮਨ ਲਾਇਕ, ਸੁੰਦਰ ਬਚਨਾਂ ਨੂੰ ਸੁਣ ਕੇ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਹੈ ਤੇ ਸਤ ਵਾਕ ਮੁੱਖ ਜਲਦ ਅਲਾਇਕ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਵੀ ਆਪਣੇ ਮੁੱਖ ਦੇ ਵਿੱਚੋਂ ਇਹ ਸੱਚੇ ਬਚਨ ਕਹੇ ਨੇ ਜੋ ਸਮੁੰਦਰ ਦੀ ਨਿਆਈ ਹਨ, ਤੇ ਜੋ ਸਮੁੰਦਰ ਦੀ ਨਿਆਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਉਹਨਾਂ ਨੇ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਪ੍ਰਕਾਸ਼ ਕੀਤਾ। ਲੈ ਆਵਾਜ਼ ਬੁੱਢਾ ਕਰੋ, ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਆਵਾਜ਼ਾਂ ਲਿਆ ਭਾਵ ਹੁਕਮਨਾਮਾ ਲਿਆ ਆਪਣੀ ਰਸਨਾ ਤੋਂ, ਕਿਹੜੇ ਬਚਨ ਕਹੇ, ਕੀ ਹੁਕਮਨਾਮਾ? ਕਹਿੰਦੇ ਇਹ ਪਹਿਲਾ ਹੁਕਮਨਾਮਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਣ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕਰਕੇ ਸੰਗਤਾਂ ਨੂੰ ਸਰਵਣ ਕਰਵਾਇਆ। ਇਸ ਤਰ੍ਹਾਂ ਅੱਜ ਦੇ ਦਿਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼, ਜਿਸ ਨੂੰ ਮਸਬੇਦ ਤੇ ਪਹੁੰਚ ਕੇ ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰਾਂ ਪਾਸੋਂ ਗੁਰੂ ਕੀ ਬਖਸ਼ਿਸ਼ ਸਿਰੋ ਪਾਓ ਆਪ ਜੀ ਪ੍ਰਾਪਤ ਕਰੋ ਜੀ। ਪਹਿਲਾ ਅਖੰਡ ਪਾਠ ਸਰਦਾਰ ਚਰਨਜੀਤ ਸਿੰਘ ਢਿੰਡਾ ਡੈਰੀ ਵਾਲਾ ਦੀ ਲੜਕੀ ਮਨਦੀਪ ਕੌਰ ਨੂੰ ਕਨੇਡਾ ਵਿੱਚ PR ਮਿਲਣ ਦੀ ਖੁਸ਼ੀ ਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ ਹੈ। ਦੂਜਾ ਅਖੰਡ ਪਾਠ ਬੀਬੀ ਨਛੱਤਰ ਕੌਰ ਪਤਨੀ ਸਰਦਾਰ ਰਾਜਿੰਦਰ ਸਿੰਘ ਗਰੇਵਾਲ ਕਨੇਡਾ ਵਾਸੀ ਪਿੰਡ ਬੁਰਜ ਹਰੀ ਸਿੰਘ ਪਰਿਵਾਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ ਹੈ।
ਤੀਜਾ ਅਖੰਡ ਪਾਠ ਸਰਦਾਰ ਕਰਮਦੀਪ ਸਿੰਘ ਸਾਨੋਕ ਸਰਦਾਰ ਰਜਿੰਦਰ ਸਿੰਘ ਗਰੇਵਾਲ ਪਿੰਡ ਬੁਰਜ ਹਰੀ ਸਿੰਘ ਵਾਲਾ ਕਨੇਡਾ ਦੇਵਾ ਹੋਈ ਹੈ। ਚੌਥਾ ਅਖੰਡ ਪਾਠ ਵੀ ਸਰਦਾਰ ਗੁਰਮਤਾਰ ਸਿੰਘ ਸਾਨੋਕ ਸਰਦਾਰ ਰਜਿੰਦਰ ਸਿੰਘ ਗਰੇਵਾਲ ਕਨੇਡਾ ਵਾਸੀ ਕਾਰੋਬਾਰ ਮਿਲੇ, ਕਾਰੋਬਾਰ ਵਿੱਚ ਵਾਧਾ ਹੋਵੇ, ਪਰਿਵਾਰ ਦੀ ਸੁੱਖ ਸ਼ਾਂਤੀ, ਮਹਾਂਪੁਰਖਾਂ ਦੀ ਜਾਗਰਿਤ ਸੇਵਾ ਹੋਈ। ਚੌਥਾ ਅਖੰਡ ਪਾਠ ਸਰਦਾਰ ਗੁਰਮਤਾਰ ਸਿੰਘ ਸਾਨੋਕ ਸਰਦਾਰ ਰਜਿੰਦਰ ਸਿੰਘ ਗਰੇਵਾਲ ਕਨੇਡਾ ਵਾਸੀ ਜੋਬ ਮਿਲ ਜਾਵੇ, ਕਾਰੋਬਾਰ ਵਿੱਚ ਵਾਧਾ ਹੋਵੇ, ਮਹਾਂਪੁਰਖਾਂ ਦੀ ਜਾਗਰਿਤ ਸੇਵਾ। ਪੰਜਵਾਂ ਅਖੰਡ ਪਾਠ ਬੀਬੀ ਪਵਨਜੀਤ ਕੌਰ ਪਤਨੀ ਸਰਦਾਰ ਰੁਪਿੰਦਰ ਸਿੰਘ ਗਿੱਲ ਕਨੇਡਾ ਵਾਸੀ ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। ਛੇਵਾਂ ਅਖੰਡ ਪਾਠ ਬੀਬੀ ਰੀਤ ਕੌਰ, ਬੀਬੀ ਅਮਾਨਤ ਕੌਰ ਅਤੇ ਕਾਕਾ ਕਬੀਰ ਸਿੰਘ ਕਨੇਡਾ ਵਾਸੀ ਬੱਚਿਆਂ ਦੀ ਪੜ੍ਹਾਈ ਵਿੱਚ ਸਫਲਤਾ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਸੇਵਾ ਹੋਈ ਹੈ ਜੀ। ਸੱਤਵਾਂ ਅਖੰਡ ਪਾਠ ਬੀਬੀ ਬਲਵਿੰਦਰ ਕੌਰ ਪਤਨੀ ਸਵਰਗ ਵਾਸੀ ਸਰਦਾਰ ਅਮਰੀਕ ਸਿੰਘ ਜੀ ਪੱਤੀ ਰਾਮੂਵਾਲ ਕਨੇਡਾ ਵਾਸੀ ਵੱਲੋਂ ਤੰਦਰੁਸਤੀ, ਸੁੱਖ ਸ਼ਾਂਤੀ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। ਅੱਠਵਾਂ ਅਖੰਡ ਪਾਠ ਸਰਦਾਰ ਅੰਮ੍ਰਿਤਪਾਲ ਸਿੰਘ ਗਰੇਵਾਲ ਅਤੇ ਬੀਬੀ ਚੰਦਨਦੀਪ ਕੌਰ ਕਨੇਡਾ ਵਾਸੀ ਪਰਿਵਾਰ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਸੇਵਾ ਹੋਈ। ਨੌਵਾਂ ਅਖੰਡ ਪਾਠ ਸਰਦਾਰ ਨਿਮਰਦੀਪ ਸਿੰਘ ਦੇ ਪੀ ਆਰ ਰੋਡ ਅਤੇ ਮਾਤਾ ਹਰਜਿੰਦਰ ਕੌਰ ਪਿਤਾ ਹਰਜੀਤ ਸਿੰਘ ਵੱਲੋਂ ਸ਼ੁਕਰਾਨਾ ਕਰਦੇ ਹੋਏ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। ਦਸਵਾਂ ਅਖੰਡ ਪਾਠ ਕਾਕਾ ਇਕਬਾਲ ਸਿੰਘ ਵਿਰਕ ਸਪੁੱਤਰ ਬੀਬੀ ਸਵਰਨਜੀਤ ਕੌਰ ਵਿਰਕ ਪਿੰਡ ਵਿਰਸਾ ਤੋਂ ਸਿਹਤ ਦੀ ਤੰਦਰੁਸਤੀ, ਸੁੱਖ ਸ਼ਾਂਤੀ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। ਗਿਆਰਵਾਂ ਅਖੰਡ ਪਾਠ ਸਰਦਾਰ ਜਤਿੰਦਰਪਾਲ ਸਿੰਘ ਸਰਪੰਚ ਪਿੰਡ ਸਤੀਪੁਰਾ ਸਿੱਧਵਾਂ ਦੇ ਵਿਦੇਸ਼ ਵਿੱਚ ਬੱਚਿਆਂ ਦੀ ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। ਇਸੇ ਤਰ੍ਹਾਂ ਬਾਰਵਾਂ ਅਖੰਡ ਪਾਠ ਬੀਬੀ ਨਵਦੀਪ ਕੌਰ ਕਨੇਡਾ ਪੁੱਤਰੀ ਡਾਕਟਰ ਗੁਰਜੀਤ ਸਿੰਘ ਨਿੰਜਰ ਪਤੀ ਬਹਾਪੁਰ ਵੱਲੋਂ ਕਿਰਤ ਕਮਾਈ ਵਿੱਚੋਂ ਮਹਾਂਪੁਰਖਾਂ ਦੀ ਯਾਦ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਸੇਵਾ ਹੋਈ। ਤੇਰਵਾਂ ਅਖੰਡ ਪਾਠ ਬੀਬੀ ਰਾਜਵਿੰਦਰ ਕੌਰ ਪਤਨੀ ਸਰਦਾਰ ਚਰਨਜੀਤ ਸਿੰਘ ਬੇਟਾ ਗੁਰਨੂਰ ਸਿੰਘ ਇੰਗਲੈਂਡ ਵਾਸੀ ਪਰਿਵਾਰ ਦੀ ਤੰਦਰੁਸਤੀ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। ਚੌਦਵਾਂ ਅਖੰਡ ਪਾਠ ਗੁਪਤ ਹੈ ਪਰਿਵਾਰ ਨੇ ਜੇਕਰ ਆਪਣਾ ਸਿਰੋਪਾਓ ਪ੍ਰਾਪਤ ਕਰਨਾ ਹੈ ਤਾਂ ਉਹ ਸਟੇਜ 'ਤੇ ਆ ਕੇ ਆਪਣਾ ਸਿਰੋਪਾਓ ਪ੍ਰਾਪਤ ਕਰ ਲਵੋ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ ਹੈ। ਇਸੇ ਤਰ੍ਹਾਂ ਪੰਦਰਵਾਂ ਅਖੰਡ ਪਾਠ ਬੀਬੀ ਰਾਜਿੰਦਰ ਕੌਰ ਪੁੱਤਰੀ ਸਵਰਗ ਵਾਸੀ ਗੁਰਨਾਮ ਸਿੰਘ ਕਾਨੇ ਕੇ ਪੱਤੀ ਬਕਾਪੁਰ ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। ਸੋਲਵਾਂ ਅਖੰਡ ਪਾਠ ਸਰਦਾਰ ਜਸਕਰਨ ਸਿੰਘ ਸਾਨੋਕ ਸਰਦਾਰ ਨਸੀਬ ਸਿੰਘ ਅਤੇ ਸਰਦਾਰ ਗੁਰਜੰਟ ਸਿੰਘ ਸਾਨੋਕ ਸਰਦਾਰ ਬਖਸ਼ੀਸ਼ ਸਿੰਘ ਬੱਚਿਆਂ ਦੇ ਕਨੇਡਾ ਜਾਣ ਦੀ ਖੁਸ਼ੀ ਵਿੱਚ ਸ਼ੁਕਰਾਨਾ, ਸੁੱਖ ਸ਼ਾਂਤੀ, ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਸਤਾਰਵਾਂ ਅਖੰਡ ਪਾਠ ਬੀਬੀ ਵੀਰਪਾਲ ਕੌਰ ਅਤੇ ਬੀਬੀ ਸੁਖਦੀਪ ਕੌਰ ਪੁੱਤਰੀਆਂ ਸਰਦਾਰ ਰਣਜੀਤ ਸਿੰਘ ਪੱਚੂ ਕਨੇਡਾ ਜਾਣ 'ਤੇ ਸ਼ੁਕਰਾਨਾ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਲਈ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਅਠਾਰਵਾਂ ਅਖੰਡ ਪਾਠ ਕਾਕਾ ਗੁਰਮਾਨ ਸਿੰਘ ਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਪੱਤੀ ਰਾਮੂਵਾਲ ਬੱਚੇ ਦੇ ਜਨਮ ਦੀ ਖੁਸ਼ੀ, ਤੰਦਰੁਸਤੀ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਸੇਵਾ ਹੋਈ।
19ਵਾਂ ਅਖੰਡ ਪਾਠ ਸਰਦਾਰ ਰਾਜਿੰਦਰ ਸਿੰਘ ਅਰੋੜਾ ਸਾਨਕ ਸਰਦਾਰ ਦਰਸ਼ਨ ਸਿੰਘ ਅਰੋੜਾ ਵੱਲੋਂ ਸਾਰੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। 20ਵਾਂ ਅਖੰਡ ਪਾਠ ਸਰਦਾਰ ਅਮਨਦੀਪ ਸਿੰਘ ਸਾਨਕ ਸਰਦਾਰ ਕਿਰਪਾਲ ਸਿੰਘ ਸਿੱਧੂ ਪਿੰਡ ਦਾਨੋਵਾਲ USA ਵਾਸੀ ਵੱਲੋਂ ਬੱਚਿਆਂ ਦੇ ਵਿਦੇਸ਼ ਜਾਣ ਦਾ ਕਾਰਜ ਸਫਲ ਹੋਵੇ। ਸੁੱਖ ਸ਼ਾਂਤੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। 21ਵਾਂ ਅਖੰਡ ਪਾਠ ਸਰਦਾਰ ਜਸਪਿੰਦਰ ਸਿੰਘ ਬੁੱਟਰ ਸਾਨਕ ਸਰਦਾਰ ਜਰਨੈਲ ਸਿੰਘ ਮਾਸਟਰ ਜੀ ਬੁੱਟਰ ਪਿੰਡ ਗੋਦਰੀ ਬੁੱਟਰਾ ਤੋਂ ਪਰਿਵਾਰ ਦੀ ਸੁੱਖ ਸ਼ਾਂਤੀ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। 22ਵਾਂ ਅਖੰਡ ਪਾਠ ਬੀਬੀ ਮਨਦੀਪ ਕੌਰ ਪਤਨੀ ਸਰਦਾਰ ਹਰਜੀਤ ਸਿੰਘ ਪਿੰਡ ਡਾਂਗੋ ਕਨੇਡਾ ਵਾਸੀ ਪਰਿਵਾਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। 23ਵਾਂ ਅਖੰਡ ਪਾਠ ਗੁਪਤ ਸੇਵਾ ਹੈ ਨਾਮ ਸਤਿਗੁਰੂ ਜੀ ਜਾਣੀ ਜਾਣ ਹਨ। ਇਸੇ ਤਰ੍ਹਾਂ 24ਵਾਂ ਅਖੰਡ ਪਾਠ ਸਰਦਾਰ ਮਨਪ੍ਰੀਤ ਸਿੰਘ ਸਾਨਕ ਸਰਦਾਰ ਸਵਰਨ ਸਿੰਘ ਪਿੰਡ ਮਹਿਲਾਂ ਤੋਂ ਵਿਦੇਸ਼ ਜਾਣ ਦੀ ਖੁਸ਼ੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। 25ਵਾਂ ਅਖੰਡ ਪਾਠ ਸਵਰਗ ਵਾਸੀ ਸਰਦਾਰ ਸੋਹਣ ਸਿੰਘ ਜੀ ਪੱਤੀ ਨੰਦਾ ਦੇ ਸਾਰੇ ਪਰਿਵਾਰ ਵੱਲੋਂ ਪਰਿਵਾਰਕ ਸੁੱਖ ਸ਼ਾਂਤੀ ਤੰਦਰੁਸਤੀ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। 26ਵਾਂ ਅਖੰਡ ਪਾਠ ਸਰਦਾਰ ਭਜਨ ਸਿੰਘ ਜੀ ਰਵਦਾਸੀਆ ਸਿੱਖ ਉਹਨਾਂ ਦੀ ਲੜਕੀ ਬੀਬੀ ਰੀਨਾ ਰਤੂ ਦਾ ਇੰਗਲੈਂਡ ਵਿੱਚ ਵਿਆਹ ਕਾਰਜ ਹੋਣ 'ਤੇ ਸ਼ੁਕਰਾਨਾ ਪਰਿਵਾਰ ਦੀ ਸੁੱਖ ਸ਼ਾਂਤੀ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਹੋਈ। 27ਵਾਂ ਅਖੰਡ ਪਾਠ ਗੁਪਤ ਸੇਵਾ ਹੈ ਨਾਮ ਸਤਿਗੁਰੂ ਜੀ ਜਾਣੀ ਜਾਣ ਹਨ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। 28ਵਾਂ ਅਖੰਡ ਪਾਠ ਸਰਦਾਰ ਹਰਦੀਪ ਸਿੰਘ ਆਸਟ੍ਰੇਲੀਆ ਸਾਨਕ ਸਰਦਾਰ ਵੀਰ ਸਿੰਘ ਜੀ ਆਸਟ੍ਰੇਲੀਆ ਵਿੱਚ PR ਮਿਲ ਜਾਵੇ ਕਾਰਜ ਰਾਸ ਹੋਣ ਤੰਦਰੁਸਤੀ ਸੁੱਖ ਸ਼ਾਂਤੀ ਸਰਦਾਰ ਕੁਲਦੀਪ ਸਿੰਘ ਦੇ ਪੁੱਤਰੀ ਰਬਾਬ ਕੌਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। 29ਵਾਂ ਅਖੰਡ ਪਾਠ ਸਰਦਾਰ ਅੰਗਰੇਜ਼ ਸਿੰਘ ਸਾਨਕ ਸਵਰਗ ਵਾਸੀ ਸਰਦਾਰ ਅਜਮੇਰ ਸਿੰਘ ਜੀ ਮਾਣੀਏ ਪੱਤੀ ਰਾਮੂਵਾਲ ਪਰਿਵਾਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਵਾਸਤੇ ਸੇਵਾ। 30ਵਾਂ ਅਖੰਡ ਪਾਠ ਦੀ ਬੀਬੀ ਹਰਵਿੰਦਰ ਕੌਰ ਪੁੱਤਰੀ ਸਰਦਾਰ ਅਜਮੇਰ ਸਿੰਘ ਜੀ ਮਾਣੀਏ ਪਿੰਡ ਜੀਦਾ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। 31ਵਾਂ ਅਖੰਡ ਪਾਠ ਮਾਈਆਂ ਦੀ ਸੰਗਤ ਪੱਤੀ ਬਕਾਪੁਰ ਵੱਲੋਂ ਸਾਰੇ ਨਗਰ ਦੀ ਸੁੱਖ ਸ਼ਾਂਤੀ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। 32ਵਾਂ ਅਖੰਡ ਪਾਠ ਸਰਦਾਰ ਸੁਖਦੇਵ ਸਿੰਘ ਸਾਨਕ ਸਵਰਗਵਾਸੀ ਸਰਦਾਰ ਹਰਬੰਸ ਸਿੰਘ ਪੱਤੀ ਬਕਾਪੁਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। 33ਵਾਂ ਅਖੰਡ ਪਾਠ ਬੀਬੀ ਬਲਜੀਤ ਕੌਰ ਪਤਨੀ ਸਰਦਾਰ ਹਰਜਿੰਦਰ ਸਿੰਘ ਪਿੰਡ ਸੀਨੀਵਾਲ ਕਲਾਂ ਤੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਇਸ ਤਰ੍ਹਾਂ ਇਹ 33 ਸ਼੍ਰੀ ਅਖੰਡ ਪਾਠਾਂ ਦੀ ਅੱਜ ਦੂਸਰੀ ਲੜੀ ਦੇ ਵਿੱਚ ਸੰਪੂਰਨਤਾ ਹੋਈ ਹੈ। ਸਤਿ ਸੰਗਤ ਜੀ, ਅੱਜ 3ਜੀ ਲੜੀ ਦੇ ਵਿੱਚ ਜੋ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਹਨ ਪਰਿਵਾਰ ਦੀ ਦੇਸ਼ ਵਿਦੇਸ਼ ਵਿੱਚ ਚੜ੍ਹਦੀ ਕਲਾ ਕਾਰੋਬਾਰ ਵਿੱਚ ਵਾਧਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਦੂਜਾ ਅਖੰਡ ਪਾਠ ਸਰਦਾਰ ਮਨਦੀਪ ਸਿੰਘ ਸਾਨਕ ਸਰਦਾਰ ਰਣਜੀਤ ਸਿੰਘ ਪਿੰਡ ਰੋਸ਼ਨ ਵਾਲਾ ਤੋਂ ਕਾਰਜ ਸਫਲ ਹੋਣ 'ਤੇ ਸ਼ੁਕਰਾਨਾ ਕਰਤਾ ਨਵਦੀਪ ਸਿੰਘ ਨੂੰ ਆਸਟ੍ਰੇਲੀਆ ਵਿੱਚ PR ਮਿਲ ਜਾਵੇ ਅਰਦਾਸਾਂ ਬੇਨਤੀਆਂ ਕਰਦਿਆਂ ਸੰਗਤਾਂ ਦੀ ਯਾਦ ਵਿੱਚ ਸੇਵਾ। ਤੀਜਾ ਅਖੰਡ ਪਾਠ ਸਰਦਾਰ ਹਰਬੰਸ ਸਿੰਘ ਸਾਨਕ ਸਰਦਾਰ ਸੁੰਦਰ ਸਿੰਘ ਪਿੰਡ ਸੇਖ ਦੌਲਤ
ਪੋਤਰੇ ਪਿਰਤਪਾਲ ਸਿੰਘ ਦੇ ਘਰ ਬੱਚੇ ਦੀ ਦਾਤ ਬਖਸ਼ਿਸ਼ ਕਰੋ, ਸੁੱਖ ਸ਼ਾਂਤੀ ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਚੌਥਾ ਅਖੰਡ ਪਾਠ ਸਰਦਾਰ ਮਹਿੰਦਰ ਸਿੰਘ ਸਾਨਾ, ਸਰਦਾਰ ਚਰਨਜੀਤ ਸਿੰਘ ਪੱਤੀ ਨੰਦਾ ਵੱਲੋਂ ਨੌਕਰੀ ਮਿਲਣ 'ਤੇ ਸ਼ੁਕਰਾਨਾ। ਵਿਦੇਸ਼ ਵਿੱਚ ਬੱਚਿਆਂ ਦੀ ਸੈੱਟ ਲਗਾਉਣ ਦੀ, ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਪੰਜਵਾਂ ਅਖੰਡ ਪਾਠ ਸਰਦਾਰ ਰਣਜੀਤ ਸਿੰਘ ਸਿੱਧੂ ਯੂਕੇ ਨਿਵਾਸੀ ਸ਼ਾਨਵ, ਸਰਦਾਰ ਮਲੂਕ ਸਿੰਘ ਜੀ ਸਿੱਧੂ ਪਿੰਡ ਦਾਨੋਵਾਲ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ, ਕਾਰੋਬਾਰ ਵਿੱਚ ਵਾਧਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਛੇਵਾਂ ਅਖੰਡ ਪਾਠ ਸਰਦਾਰ ਸੁਰਿੰਦਰ ਸਿੰਘ ਜੀ ਸ਼ਾਨਵ, ਡਾਕਟਰ ਬਖਸ਼ੀਸ਼ ਸਿੰਘ ਜੀ ਕਨੇਡਾ ਵਾਸੀ, ਪਰਿਵਾਰ ਦੀ ਤੰਦਰੁਸਤੀ ਬੱਚਿਆਂ ਦੀ ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਸੱਤਵਾਂ ਅਖੰਡ ਪਾਠ ਗੁਰਪਤ ਨਾਮ ਜਾਣੀ ਜਾਣ ਹੋ, ਮਨੋਕਾਮਨਾ ਪੂਰੀ ਹੋਣ 'ਤੇ ਸ਼ੁਕਰਾਨਾ, ਪਰਿਵਾਰ ਦੀ ਸੁੱਖ ਸ਼ਾਂਤੀ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਅੱਠਵਾਂ ਅਖੰਡ ਪਾਠ ਸਰਦਾਰ ਅਵਤਾਰ ਸਿੰਘ ਅਤੇ ਸਵਰਗਵਾਸੀ ਸਰਦਾਰ ਮਹਿੰਦਰ ਸਿੰਘ ਸਾਨਾ, ਸਵਰਗਵਾਸੀ ਸਰਦਾਰ ਚਰਨ ਸਿੰਘ ਵਾਸੀ ਲੁਧਿਆਣਾ ਵੱਲੋਂ ਪਰਿਵਾਰ ਦੀ ਤੰਦਰੁਸਤੀ, ਦੇਸ਼ ਪ੍ਰਦੇਸ਼ ਵਿੱਚ ਸਹਾਈ ਹੋਣਾ। ਸ਼ਹੀਦ ਭਾਈ ਅਮਨਦੀਪ ਸਿੰਘ ਫੌਜੀ ਸਾਨਾ, ਸਰਦਾਰ ਉਪਰਿੰਦਰ ਸਿੰਘ ਪੱਤੀ ਬਖਾਪੁਰ ਕਨੇਡਾ ਨਿਵਾਸੀ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਦਸਵਾਂ ਅਖੰਡ ਪਾਠ ਸਰਦਾਰ ਗੁਰਪ੍ਰੀਤ ਸਿੰਘ ਸਾਨਾ, ਸਰਦਾਰ ਬਲਵਿੰਦਰ ਸਿੰਘ ਪੱਤੀ ਰਾਮੂਵਾਲ, ਪਰਿਵਾਰ ਦੀ ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਗਿਆਰਵਾਂ ਅਖੰਡ ਪਾਠ ਬੀਬੀ ਕੁਲਦੀਪ ਕੌਰ ਜੂਕੇ ਪੁੱਤਰੀ ਸਰਦਾਰ ਅਮਰ ਸਿੰਘ ਰੋਡਾ, ਪੱਤੀ ਰਾਮੂਵਾਲ, ਪਰਿਵਾਰ ਦੀ ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਪੰਦਰਵਾਂ ਅਖੰਡ ਪਾਠ ਮਾਸਟਰ ਜਰਨੈਲ ਸਿੰਘ ਜੀ ਸ਼ਾਹਕੋਟੀਏ, ਆਪਣੇ ਪਰਿਵਾਰ, ਮਾਲ, ਡੰਗਰ, ਫਸਲਵਾੜੀ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਸੋਲ੍ਹਵਾਂ ਅਖੰਡ ਪਾਠ ਮਾਸਟਰ ਜਰਨੈਲ ਸਿੰਘ ਜੀ ਸ਼ਾਹਕੋਟੀਏ ਵੱਲੋਂ ਆਪਣੀ ਨੌਕਰੀ ਦੀ ਪੈਨਸ਼ਨ ਵਿੱਚੋਂ ਦਸਵੰਧ ਕੱਢਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ, ਮਹਾਂਪੁਰਖਾਂ ਦੀ ਯਾਦ ਵਿੱਚ। ਸਤਾਰਵਾਂ ਅਖੰਡ ਪਾਠ ਸਰਦਾਰ ਕਰਨਪ੍ਰੀਤ ਸਿੰਘ ਸਾਨਾ, ਸਰਦਾਰ ਅਮਰਜੀਤ ਸਿੰਘ ਸਾਨਾ, ਸਰਦਾਰ ਜਰਨੈਲ ਸਿੰਘ ਮਾਸਟਰ ਜੀ ਸ਼ਾਹਕੋਟੀਏ, ਕਰਨਪ੍ਰੀਤ ਸਿੰਘ ਦੇ USA ਜਾਣ ਦੀ ਖੁਸ਼ੀ ਵਿੱਚ ਸ਼ੁਕਰਾਨਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। ਅਠਾਰਵਾਂ ਅਖੰਡ ਪਾਠ ਸਰਦਾਰ ਲਖਵੀਰ ਸਿੰਘ ਸਾਨਾ, ਸਰਦਾਰ ਮੁਖਤਿਆਰ ਸਿੰਘ ਜੀ USA ਵਾਸੀ ਵੱਲੋਂ ਪਰਿਵਾਰ ਦੀ, ਕਾਰੋਬਾਰ ਦੀ ਚੜ੍ਹਦੀ ਕਲਾ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। 25ਵਾਂ ਇਸੇ ਤਰ੍ਹਾਂ 16ਵਾਂ ਅਖੰਡ ਪਾਠ ਬੀਬੀ ਇਨਾਇਤ ਕੌਰ ਭੰਗੂ, ਬੇਟੀ ਕਮਲਪ੍ਰੀਤ ਸਿੰਘ ਭੰਗੂ ਅਤੇ ਕਮਲਦੀਪ ਕੌਰ ਮਾਨ, ਪਿੰਡ ਖੰਡਰਾ, ਕਨੇਡਾ ਵਾਸੀ ਪਰਿਵਾਰ ਵੱਲੋਂ ਕਾਰੋਬਾਰ ਵਿੱਚ ਵਾਧਾ, ਪਰਿਵਾਰ ਦੀ ਚੜ੍ਹਦੀ ਕਲਾ ਲਈ ਸੇਵਾ। 17ਵਾਂ ਅਖੰਡ ਪਾਠ ਸਰਦਾਰ ਅਵਤਾਰ ਸਿੰਘ ਬਰਾੜ, ਬੇਟਾ ਸਰਦਾਰ ਤਜਿੰਦਰ ਸਿੰਘ ਬਰਾੜ ਅਤੇ ਬੀਬੀ ਸੰਦੀਪ ਕੌਰ ਮਾਨ, ਪਿੰਡ। 18ਵਾਂ ਅਖੰਡ ਪਾਠ ਸੁਖਜੀਤ ਕੌਰ ਬਰਾੜ ਅਤੇ ਸੁਖਵੀਰ ਸਿੰਘ ਬਰਾੜ, ਬੇਟਾ ਅਤੇ ਬੇਟੀ ਲਖਵੀਰ ਸਿੰਘ ਬਰਾੜ ਅਤੇ ਮਨਜੀਤ ਕੌਰ ਬਰਾੜ, ਪਿੰਡ ਬਾਂਬੜਵਾਲਾ, ਕਨੇਡਾ ਵਾਸੀ ਪਰਿਵਾਰ ਵੱਲੋਂ ਤੰਦਰੁਸਤੀ, ਕਾਰੋਬਾਰੀ ਰਾਮੂਵਾਲ, ਮਨੋਕਾਮਨਾ ਪੂਰੀ ਹੋਣ ਤੇ ਕਾਰੋਬਾਰ ਵਿੱਚ ਵਾਧਾ ਹੋਵੇ, ਸ਼ੁਕਰਾਨਾ ਕਰਦੇ ਹੋਏ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। 20ਵਾਂ ਅਖੰਡ ਪਾਠ ਸਵਰਗਵਾਸੀ ਸਰਦਾਰ ਨਰਿੰਦਰ ਪਾਲ ਸਿੰਘ ਮਾਨ ਦੇ ਬੱਚਿਆਂ ਦੀ ਵਿਦੇਸ਼ ਵਿੱਚ ਤੰਦਰੁਸਤੀ, ਚੜ੍ਹਦੀ ਕਲਾ, ਕਾਰੋਬਾਰ ਦੀ ਸਫਲਤਾ ਲਈ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ, ਪਰਿਵਾਰ ਦੀ ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ। 23ਵਾਂ ਅਖੰਡ ਪਾਠ ਸਰਦਾਰ ਬਲਰਾਜ ਸਿੰਘ ਸਾਨਾ, ਸਵਰਗਵਾਸੀ ਸਰਦਾਰ ਮੁਖਤਿਆਰ ਸਿੰਘ ਜੀ ਵੱਲੋਂ, ਬੇਟਾ ਆਕਾਸ਼ਦੀਪ ਸਿੰਘ, ਬੇਟੀ ਅਰਸ਼ਦੀਪ ਕੌਰ ਦੀ ਕਮਾਈ ਵਿੱਚ ਵਾਧਾ, ਪਰਿਵਾਰ ਦੀ ਸੁੱਖ ਸ਼ਾਂਤੀ,
ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 24ਵਾਂ ਅਖੰਡ ਪਾਠ ਸਰਦਾਰ ਦੀਪ ਸਿੰਘ ਸਨ ਆਫ ਸਵਰਗਵਾਸੀ ਸਰਦਾਰ ਭਾਗ ਸਿੰਘ ਤਾਨੇ ਕੇ ਪਰਿਵਾਰ ਦੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 25ਵਾਂ ਅਖੰਡ ਪਾਠ ਬੀਬੀ ਸ਼ਿੰਦਰਪਾਲ ਕੌਰ ਅਤੇ ਬੀਬੀ ਬਲਜੀਤ ਕੌਰ ਪੁੱਤਰੀਆਂ ਸਰਦਾਰ ਦੀਪ ਸਿੰਘ ਤਾਨੇ ਕੇ ਕਨੇਡਾ ਵਾਸੀ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 26ਵਾਂ ਅਖੰਡ ਪਾਠ ਸਰਦਾਰ ਜਗਦੀਪ ਸਿੰਘ ਸਨ ਆਫ ਸਰਦਾਰ ਮਨ ਸਿੰਘ ਧਾਲੀਵਾਲ ਪਿੰਡ ਲੋਹਗੜ੍ਹ ਤੋਂ ਕਨੇਡਾ ਵਾਸੀ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 27ਵਾਂ ਅਖੰਡ ਪਾਠ ਬੀਬੀ ਗਗਨਜੋਤ ਕੌਰ ਪਤਨੀ ਰੌਕੀ ਸਾਹਿਬ ਵਾਸੀ ਮੋਗਾ ਵੱਲੋਂ ਬੇਟੀ ਤ੍ਰੇਨਾਜ ਕੌਰ ਦੇ ਜਨਮ ਦੀ ਖੁਸ਼ੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 28ਵਾਂ ਅਖੰਡ ਪਾਠ ਸਰਦਾਰ ਭਗਤਾ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਛਾਂਗਿਆਂ ਦੇ ਅੱਤੀ ਹੰਦਾ ਤੋਂ ਮਨੋਕਾਮਨਾ ਪੂਰੀ ਹੋਣ 'ਤੇ ਸ਼ੁਕਰਾਨਾ ਪਰਿਵਾਰ ਦੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 29ਵਾਂ ਅਖੰਡ ਪਾਠ ਬੀਬੀ ਜਸਪ੍ਰੀਤ ਕੌਰ ਪਤਨੀ ਸੁਪ੍ਰੀਤ ਸਿੰਘ ਸਰਬਜੀਤ ਕੌਰ ਪੁੱਤਰੀ ਸਰਦਾਰ ਜਗਤਾਰ ਸਿੰਘ ਪ੍ਰਦੇਸ਼ ਵਿੱਚ ਸੁੱਖ ਸ਼ਾਂਤੀ ਕਾਰੋਬਾਰ ਦੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 30ਵਾਂ ਅਖੰਡ ਪਾਠ ਬੀਬੀ ਜਸਲੀਨ ਕੌਰ ਪੁੱਤਰੀ ਸਰਦਾਰ ਅਮਰਜੀਤ ਸਿੰਘ ਸਾਡਾ ਮਾਸਟਰ ਜਰਨੈਲ ਸਿੰਘ ਜੀ ਸ਼ਾਹਕੋਟੀਏ ਵਾਸੀ ਕਨੇਡਾ ਵੱਲੋਂ ਸਰੀਰਕ ਤੰਦਰੁਸਤੀ ਕਾਰੋਬਾਰ ਦੀ ਸਫਲਤਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 31ਵਾਂ ਅਖੰਡ ਪਾਠ ਸਰਦਾਰ ਗੁਰਦੇਵ ਸਿੰਘ ਸਾਡਾ ਸਵਰਗ ਵਾਸੀ ਸਰਦਾਰ ਸੁੱਚਾ ਸਿੰਘ ਕਾਨੇ ਕੇ ਦੋਤਾ ਬਲਕਣੀ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 32ਵਾਂ ਅਖੰਡ ਪਾਠ ਸਰਦਾਰ ਸੁਖਵਿੰਦਰ ਸਿੰਘ ਸਾਨਾ ਸਰਦਾਰ ਜਸਵੰਤ ਸਿੰਘ ਸੂਬੇਦਾਰ ਪੱਤੀ ਅਮਲੂ ਸਰੀਰਕ ਤੰਦਰੁਸਤੀ ਚੜ੍ਹਦੀ ਕਲਾ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 33ਵਾਂ ਅਖੰਡ ਪਾਠ ਮਾਨੀਆਂ ਦੀ ਸੰਗਤ ਪੱਤੀ ਅਮਲੂ ਅਤੇ ਮਾਝਾ ਵੱਲੋਂ ਮਹਾਂਪੁਰਖਾਂ ਦੀ ਯਾਦ ਵਿੱਚ ਸਾਰੇ ਨਗਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸੇਵਾ ਹੈ 34ਵਾਂ ਅਖੰਡ ਪਾਠ ਸਰਦਾਰ ਤਰਨੈਲ ਸਿੰਘ ਸਾਨਾ ਸਵਰਗ ਵਾਸੀ ਸਰਦਾਰ ਸੁੱਚਾ ਸਿੰਘ ਦਾਨੇ ਕੇ ਵੱਲੋਂ ਪਰਿਵਾਰ ਕਾਰੋਬਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 35ਵਾਂ ਅਖੰਡ ਪਾਠ ਬੀਬੀ ਗੁਰਜੀਤ ਕੌਰ ਪਤਨੀ ਸਰਦਾਰ ਸੁਖਵਿੰਦਰ ਸਿੰਘ ਪਿੰਡ ਮੂਮ ਬਰਨਾਲਾ ਵੱਲੋਂ ਬੇਟੀ ਜਸਪ੍ਰੀਤ ਕੌਰ ਦੇ ਕਨੇਡਾ ਵਿੱਚ PR ਹੋਣ 'ਤੇ ਸ਼ੁਕਰਾਨਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸੇਵਾ ਇਹ 35 ਸ਼੍ਰੀ ਅਖੰਡ ਪਾਠ ਸਾਹਿਬ ਅੱਜ 3ਜੀ ਲੜੀ ਦੇ ਵਿੱਚ ਪ੍ਰਾਰੰਭ ਹੋ ਰਹੇ ਹਨ ਸਾਧ ਸੰਗਤ ਜੀ ਹੁਣ ਕੜਾਹ ਪ੍ਰਸ਼ਾਦ ਦੀ ਮੇਖ ਵਰਤੇਗੀ ਉਪਰੰਤ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਜਲ ਪਾਣੀ ਤਿਆਰ ਹੈ ਸਾਰੀ ਸੰਗਤ ਨੇ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਜਲ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਆਪ ਜੀ ਜਿੰਨੇ ਮਾਈ ਭਾਈ ਸੰਗਤ ਰੂਪ ਵਿੱਚ ਮਹਾਂਪੁਰਖਾਂ ਦੇ ਸਾਲਾਨਾ ਜੋੜ ਮੇਲੇ ਦੇ ਸਮਾਗਮਾਂ ਵਿੱਚ ਅਤੇ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸਮਾਗਮ ਦੇ ਵਿੱਚ ਹਾਜ਼ਰੀ ਲਵਾ ਰਹੇ ਹੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਅੱਜ ਕੁਛ ਸਮਾਂ ਅਤੇ ਖਾਸ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਬਾਰੇ ਜੋ ਸਾਡੇ ਇਤਿਹਾਸ ਦੇ ਅੰਦਰ ਦਰਜ ਹੈ ਉਹ ਸਾਂਝਾ ਕਰਦਿਆਂ ਸਮਾਂ ਲੱਗ ਗਿਆ ਇਸ ਕਰਕੇ ਆਪ ਜੀ ਤੋਂ ਮਾਫ਼ੀ ਚਾਹੁੰਦੇ ਹਾਂ ਆਪ ਦੀ ਸੰਗਤੀ ਲੜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਲਈ ਅਨੰਦ ਸਾਹਿਬ ਦੀ ਬਾਣੀ ਦਾ ਜਾਪ ਸ਼ੁਰੂ ਹੋ ਜਾਵੇਗਾ ਆਪ ਦੀ ਸੰਗਤਾਂ ਨੇ ਇਸੇ ਤਰ੍ਹਾਂ ਦੁਬਾਰਾ ਫਿਰ ਗੁਰੂ ਦਰਬਾਰ
ਅੰਤ ਚਰਨ ਤਰੋ ਮਾਤਾ ਚਾਂਦਨਾ ਸੰਤ ਚਰਨ ਤਾਰੋ ਮਾਤਾ ਚਾਂਦਨਾ ਕਸਮਲਾ ਮਿਟ ਜਾਏ ਪਰੇਰ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇਰ ਸਾਜਨਾ ਸੰਤ ਆਉਂਦੇ ਰਹਿ ਸਾਜਨਾ ਸੰਤ ਸਾਜਨਾ ਸੰਤ ਆਓ ਮੇਰੇ ਸੰਤ ਪ੍ਰਸਾਦ ਕਮਲ ਬਿਗਸੈ ਗੋਬਿੰਦ ਭਜੋ ਪੇਕ ਨੇਰੇ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇਰੇ ਆਨੰਦਾ ਕਸਮਲਾ ਮਿਟ ਜਾਏ ਪਰੇਰੇ ਪ੍ਰਭ ਕਿਰਪਾ ਤੇ ਸੰਤ ਪਾਏ ਬਾਰ ਬਾਰ ਨਾਨਕ ਗੋਬੇਰੇ ਪ੍ਰਭ ਕਿਰਪਾ ਤੇ ਸੰਤ ਪਾਏ ਕਸਮਲਾ ਮਿਟ ਜਾਏ ਪਰੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਆਨੰਦਾ ਗੁਣ ਗਾਏ ਮੰਗਲ ਆਨੰਦਾ ਕਸਮਲਾ ਮਿਟ ਜਾਏ ਪਰੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ